जदों की ये नवी सरकार होंद विच आई है चार क महीने बाद असी बड़ी पुरजोर कोशिश की कि सानू ये पता लग सके कि साढ़े पिंड विच किन्नियां ग्रांटां आईयां ते कित्थे कित्थे पैसे लगे आ पर साडी भज नट करन दे बावजूद भी साडा रिजल्ट जीरो रहा। आईटीआई दा रिकॉर्ड विखाया उन्हें पहला सानू भरोसा दिता कि तुहानू एक दो दिन विच रिकॉर्ड मिल जाऊ पर एक साल बीत जाण ते सानू किसी वीडियो किसी डीडीपीओ किसी पंचायत सैकटरी ने रिकॉर्ड हजे तक नहीं दिता। सैकटरी साहब शिव कुमार जिहड़ा इत्थे साडे पिंड विच तीन चार पिंडां च लागे लागे ड्यूटी करदा उन्हें बहाना मार के अपनी हॉस्पिटल तो एक सर्टिफिकेट दे दिता कि मैं जेरे इलाज। जदों की यह नवी सरकार होंद विच आई है चार क महीने बाद असी बड़ी पुरजोर कोशिश की कि सानू ये पता लग सके कि साढ़े पिंड विच किन्नियां ग्रांटां आईयां ते कित्थे कित्थे पैसे लगे आ पर साडी भज नट करन दे बावजूद भी साडा रिजल्ट जीरो रहा क्योंकि आर टी आई थ्रू कोई भी शिकायत करता रिकॉर्ड लै सकदा हुंदा। मौजूदा उस मौके मुल्तानी साहब इत्थे बी डी ओ साहब सी साडे उन्हां नूं जाके मिले आर टी आई दा रिकॉर्ड विखाया उन्हां पहला सानू भरोसा दिता कि तुहानू एक दो दिनां विच रिकॉर्ड मिल जाऊ पर एक साल बीत जाण ते सानू किसी बी डी ओ किसी डी डी पी ओ किसी पंचायत सैकटरी ने रिकॉर्ड हजे तक नहीं दिता। जदों सानू इत्थों रिकॉर्ड ना मिलिया ते बाद विच कानून मुताबक असी डी डी पी ओ जलंधर एक आर टी आई दी नकल लै के उत्थे जाके अपील पाई चार तरीकां पै जाण दे बावजूद भी इत्थों दी एक मैडम जो नरेगा दी सैकटरी सी उन्हूं भेज दिता गया ते सैकटरी साहब शिव कुमार जिहड़ा इत्थे साडे पिंड विच तीन चार पिंडां च लागे लागे ड्यूटी करदा उन्हें बहाना मार के अपनी हॉस्पिटल तो एक सर्टिफिकेट दे दिता कि मैं जेरे इलाज हाँ। ਇਹਦੇ ਸਾਰੀ ਕਾਰਵਾਈ ਇਹਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਸਾਨੂੰ ਕਰਦਿਆਂ ਨੂੰ ਸਵਾ ਕੁ ਸਾਲ ਹੋ ਗਿਆ ਸਵਾ ਸਾਲ ਤੋਂ ਤੁਸੀਂ ਜਿਹੜੇ ਆ ਦਰਮਾਦਰ ਭਟਕ ਰਹੇ ਆ ਜਿਹੜਾ ਵੀ ਸਰਕਾਰੀ ਅਦਾਰਿਆਂ ਦੇ ਵਿੱਚ ਬਿਲਕੁਲ ਸਾਨੂੰ ਕੋਈ ਉਹਦਾ ਅਜੇ ਤੱਕ ਥੋ ਪਤਾ ਨਹੀਂ ਲੱਗਾ ਮੋਹਾਲੀ ਹੈੱਡ ਆਫਿਸ ਨੂੰ ਵੀ ਅਸੀਂ ਦਰਖਾਸ਼ਤਾਂ ਦਿੱਤੀਆਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਇੱਕ ਚਿੱਠੀ ਉਹਨਾਂ ਨੇ ਬੀ ਡੀ ਓ ਲੋਹੀਆਂ ਨੂੰ ਕੱਢੀ ਕਿ ਭਾਈ ਇਹਨਾਂ ਨੂੰ ਆਰ ਟੀ ਆਈ ਦਾ ਰਿਕਾਰਡ ਮੁਹੱਈਆ ਕਰਾਇਆ ਜਾਵੇ ਜੀ ਉਸ ਆਉਣ ਦੇ ਬਾਵਜੂਦ ਵੀ ਸਾਨੂੰ ਉੱਥੇ ਸੱਦਿਆ ਮੈਡਮ ਬੀ ਡੀ ਓ ਨੇ ਉਹ ਕਹਿੰਦੇ ਸਾਡਾ ਸੈਕਟਰੀ ਏਡਾ ਨਿਕੰਮਾ ਵਾ ਸਾਡੇ ਵੀ ਆਖੇ ਨਹੀਂ ਲੱਗਦਾ ਜਿਹਦੇ ਉਲਟ ਉਹਨਾਂ ਨੇ ਇੱਕ ਚਿੱਠੀ ਕੱਢੀ ਉਹਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਫਿਰ ਦੁਬਾਰਾ ਕੱਢੀ ਫਿਰ ਉਹਨਾਂ ਲਿਖ ਕੇ ਡੀ ਡੀ ਪੀ ਓ ਜਲੰਧਰ ਨੂੰ ਭੇਜਿਆ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਨਾ ਡੀ ਡੀ ਪੀ ਓ ਜਾ ਗਿਆ ਅਤੇ ਨਾ ਮੈਡਮ ਸਾਹਿਬ ਵੱਲੋਂ ਕੋਈ ਕਾਰਵਾਈ ਹੋਈ ਅਤੇ ਨਾ ਸਾਨੂੰ ਅਜੇ ਤੱਕ ਸਵਾ ਸਾਲ ਦੇ ਪੀਰੀਅਡ ਵਿੱਚ ਕੋਈ ਰਿਕਾਰਡ ਮਿਲ ਸਕਿਆ ਸਾਨੂੰ ਜਿਹੜਾ ਪੂਰਾ ਪੁਗਤਾ ਪਤਾ ਲੱਗ ਸਕੇ ਕਿ ਸਾਡੇ ਪਿੰਡ ਏਡੀ ਧਾਂਦਲੀ ਹੋਈ ਅਤੇ ਕਿੱਥੇ ਕਿੱਥੇ ਪੈਸੇ ਸਿੱਟੇ ਆ ਕਿਉਂਕਿ ਸਾਡੇ 28 ਕਿੱਲੇ ਦੋ ਕਨਾਲ ਰਕਬਾ ਵਾ ਕੁੱਲ ਪੰਚਾਇਤੀ ਪਾਲੀ ਦਾ ਜਿੱਦਾਂ ਐਤਕੀ ਦੇ ਸਾਲ 22-23 ਦਾ ਜੋ ਠੇਕਾ 13,65,000 ਬੋਲੀ ਹੋਈ ਆ ਅਤੇ ਉਹਦੇ ਵਿੱਚੋਂ ਲਗਭਗ ਪੰਜਵਾਂ ਹਿੱਸਾ ਬੀ ਡੀ ਓ ਫੰਡ ਨੂੰ ਜਾਣਾ ਬਾਕੀ ਸਾਡੇ ਪਿੰਡ ਵਿੱਚ ਡਿਵੈਲਪਮੈਂਟ ਹੋਣਾ ਹੁੰਦਾ ਪਰ ਸਾਡੀ ਖੁਫੀਆ ਤੰਤਰ ਮੁਤਾਬਕ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਸ ਸਰਪੰਚ ਨੇ 2,00,000 ਰੁਪਈਆ ਕਢਾਇਆ ਵਾ ਕਿ ਮੈਂ ਇੱਥੇ ਮੋਟਰ ਦੇ ਕੁਝ ਨਵੀਂ ਪਾਉਣੀ ਆ ਪੰਚਾਇਤੀ ਪਾਲੀ ਵਿੱਚ ਜਦਕਿ ਉਹ 17-13 ਦੇ ਵਿੱਚ ਹੀ ਨਵੀਆਂ ਮੋਟਰਾਂ ਪਾ ਕੇ ਕਨੈਕਸ਼ਨ ਚਾਲੂ ਕੀਤੇ ਗਏ ਉੱਥੇ ਕੋਈ ਮੋਟਰ ਦੀ ਜ਼ਰੂਰਤ ਨਹੀਂ ਸੀ ਪਟੇਦਾਰਾਂ ਨੂੰ ਪੁੱਛਿਆ ਜਾਵੇ ਕਿ ਮੋਟਰ ਕੋਈ ਪਾਈ ਆ ਨਹੀਂ ਬਿਲਕੁਲ ਨਹੀਂ ਪਾਈ ਸਾਡੇ ਪਿੰਡ ਵਾਸੀਆਂ ਨੂੰ ਪੁੱਛ ਲਓ ਮੈਂਬਰ ਪੰਚਾਇਤਾਂ ਨੂੰ ਪੁੱਛ ਲਓ ਬਿਲਕੁਲ ਦੱਸਣਗੇ ਕੁੱਲ ਸਾਡੇ ਪੰਚਾਇਤ ਮੈਂਬਰਾਂ ਦੀ ਗਿਣਤੀ ਸਮੇਤ ਸਰਪੰਚ 5 ਵਾ ਜਦਕਿ 6 ਹੋਣੀ ਸੀ ਇਹਨਾਂ ਸਰਕਾਰਾਂ ਦੇ ਨਲੈ ਕੀ ਅੱਜ 5 ਸਾਲ ਪੂਰੇ ਹੋ ਚੱਲੇ ਆ ਇੱਕ ਮੈਂਬਰ ਦੀ ਇਲੈਕਸ਼ਨ ਹੀ ਨਹੀਂ ਹੋਈ ਪਹਿਲੇ ਦਿਨੋਂ ਹੀ 4 ਮੈਂਬਰ ਅਤੇ 1 ਸਰਪੰਚ ਵਾ ਇਹ ਕੰਮ ਚਲਾਉਣ ਵਾਸਤੇ ਉਹੀ ਚਲਾਈ ਜਾਂਦੇ ਜਦਕਿ 3 ਮੈਂਬਰ ਇਸ ਸਰਪੰਚ ਦੇ ਉਲਟ ਵਾ ਕਹਿਣ ਦਾ ਭਾਵ ਉਹ ਦਸਖਤ ਨਹੀਂ ਕਰਦੇ ਇਹ ਹੁਣ ਸੈਕਟਰੀ ਸਾਹਿਬ ਜਾਂ ਬੀ ਡੀ ਓ ਸਾਹਿਬ ਜਾਂ ਡੀ ਡੀ ਪੀ ਓ ਦੱਸ ਸਕਦੇ ਆ ਕਿ 2 ਮੈਂਬਰ 1 ਸਰਪੰਚ ਅਤੇ 1 ਮੈਂਬਰ ਪਿੰਡ ਦਾ ਕੰਮ ਕਿੱਦਾਂ ਚਲਾ ਰਹੇ ਅਤੇ ਉਹ ਪੈਸੇ ਕਿੱਦਾਂ ਕਢਾ ਕੇ ਕਿੱਦਾਂ ਵਰਤ ਰਹੇ ਕਿਉਂਕਿ ਅਸੀਂ ਪੁਰਾਣੇ ਸਰਪੰਚ ਹੋਣ ਦੇ ਨਾਤੇ ਸਾਨੂੰ ਇੰਨੇ ਕੁ ਗਿਆਨ ਹੈ ਜਾਂ ਤਾਂ ਇਹ ਨਕਲ ਮਤਾ ਬਣਾਉਂਦਾ ਵਾ ਅਤੇ ਜਾਂ ਇਹ ਕਿਸੇ ਹੋਰ ਐਰ ਗੈਰ ਬੰਦੇ ਦੇ ਦਸਖਤ ਕਰਾ ਕੇ ਮੈਂਬਰਾਂ ਦੇ ਕੋਰਮ ਪੂਰਾ ਕਰਕੇ ਪੈਸੇ ਕਢਾ ਕੇ ਖਾਈ ਅੱਗੇ ਤਾਂ ਕਿਹਾ ਜਾਂਦਾ ਸੀ ਕਿ ਇੱਥੇ ਲੋਕਾਂ ਵੱਲੋਂ ਕਿ ਜਿਹੜੇ ਜਾਲੀ ਹੁਣ ਕੀ ਮੰਗ ਆ ਤੁਹਾਡੀ ਸਾਡੀ ਇਹ ਮੰਗ ਆ ਕਿ ਫੌਰਨ ਇੱਕ ਤਾਂ ਸੈਕਟਰੀ ਜਿਹੜਾ ਉਹਨੂੰ ਸਸਪੈਂਡ ਕੀਤਾ ਜਾਵੇ ਅਤੇ ਉਹਦਾ ਜੋ ਤਨਖਾਹ ਭੱਤਾ ਉਹ ਰਿਟਾਇਰ ਹੋਣ ਦੇ ਨਾਤੇ ਆ ਉਹ ਇੱਦਾਂ ਬਹਾਨਾ ਮਾਰ ਕੇ ਆਪਣੇ ਫੰਡ ਕਢਾ ਕੇ ਘਰ ਨੂੰ ਚਲੇ ਜਾਊ ਜੇ ਉਹ ਘਰੇ ਚਲੇ ਜਾਵੇ ਫੰਡ ਕਢਾ ਕੇ ਉਹਦੇ ਫੰਡ ਰੁਕਣੇ ਚਾਹੀਦੇ
ਤੇ ਫਿਰ ਉਹ ਸਾਨੂੰ ਕੀ ਨਿਆ ਮਿਲੂਗਾ ਸਾਡੇ ਪਿੰਡ ਦਾ ਘੱਟੋ ਘੱਟ 70-75 ਲੱਖ ਰੁਪਏ ਚੋਂ ਉਹਨਾਂ 12 ਕੁ ਲੱਖ ਰੁਪਇਆ ਸਾਡੀ ਸੋਚ ਮੁਤਾਬਕ 5 ਸਾਲਾਂ 'ਚ ਲਾਇਆ ਬਾਕੀ ਸਾਰਾ ਗੋਲ ਕਰ ਓਕੇ ਅਤੇ ਇਸ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਕਿ ਇਸ ਮੌਕੇ ਜਿੰਨੀ ਕੁ ਫੰਡ ਸੀ ਉਹ ਲਾਗੇ ਪਹੁੰਚਾ ਤਾ ਸੈਕਟਰੀ ਨੇ ਅਤੇ ਸਰਪੰਚ ਨੇ ਕਿਸੇ ਤੇ ਜ਼ਰੀਏ ਪਹੁੰਚਾ ਤਾ ਇਹ ਅਸੀਂ ਤਾਂ ਪੁਰਜ਼ੋਰ ਮੰਤਰੀ ਨੂੰ ਵੀ ਇਹ ਕਹਿ ਚੁੱਕੇ ਹਾਂ ਦਰਖਾਸ਼ਾਂ ਮੰਤਰੀ ਸਾਹਿਬ ਨੂੰ ਭੇਜੀਆਂ ਵਾ ਜਿਹੜਾ ਪੰਚਾਇਤ ਮੰਤਰੀ ਆ ਪਰ ਉਹ ਲੱਗਾ ਕਿੱਥੇ ਆ ਜੇ ਉਹਨਾਂ ਨੇ ਕੜਾ ਲਿਆ ਵਿਜੀਲੈਂਸ ਨੂੰ ਪਾਈਆਂ ਇਹਨਾਂ ਦੀਆਂ ਅਸੀਂ ਵਿਜੀਲੈਂਸ ਨੂੰ ਵੀ ਪਾਈਆਂ ਧਾਰੀਵਾਲ ਸਾਹਿਬ ਨੂੰ ਵੀ ਦਿੱਤੀਆਂ ਸੀ ਤੇ ਹੁਣ ਵਾਲੇ ਕੋਲ ਸਾਡੇ ਕੋਲ ਪਹੁੰਚ ਨਹੀਂ ਕਰ ਹੋ ਸਕੀ ਕਿਉਂਕਿ ਅਸੀਂ ਕਿਹਾ ਇਹ ਅਫਸਰ ਹੁਣ ਕੋਈ ਆਸਰਾ ਨਹੀਂ ਕਰਦੇ ਨਾ ਮੰਤਰੀ ਕੋ ਕਰਦੇ ਆ ਅਸੀਂ ਤਾਂ ਪੱਤਰਕਾਰ ਸੰਮੇਲਨ ਸੱਦਿਆ ਵਾ ਕਿ ਇਹਨਾਂ ਦੇ ਥਰੂ ਹੀ ਕੋਈ ਇਹ ਜਾਗ ਪਵੇ ਸਰਕਾਰ ਤੇ ਇਹ ਘਪਲੇ ਬਾਜ ਪੰਚਾਂ ਸਰਪੰਚਾਂ ਦੀ ਜਿਹੜੀ ਰੱਸਾ ਗੋਲ ਕੀਤਾ ਜਾਵੇ ਸੈਕਟਰੀਆਂ ਨੂੰ ਨੱਥ ਪਾਈ ਜਾਵੇ ਦਲੀਪ ਸਿੰਘ ਪੁੱਤਰ ਰਣੀਆ ਸਿੰਘ ਪਿੰਡ ਪਸਵੀਆਲ ਦਾ ਮੈਂਬਰ ਹਾਂ ਸਰਪੰਚ ਸਾਡੇ ਕੋਲ ਸੈਨ ਕਰਾ ਕੇ ਲਿਆਦਾ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ ਆਪਣੇ ਆਪ ਪੈਸੇ ਕਢਾ ਲੈਂਦਾ ਨਾ ਕੋਈ ਪੈਸਾ ਪਿੰਡ ਵਿੱਚ ਲਾਉਂਦਾ ਹੈ ਜੀ ਪਿਛਲੇ 5 ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਜੀ 5-5 ਸਾਲ ਤੋਂ ਏਦਾਂ ਹੀ ਚੱਲ ਰਿਹਾ ਜੀ ਹਾਂਜੀ